ਕਿਤੇ ਦੁਨੀਆਦਾਰੀ ਦੇ ਲੋਕਾਂ ਦੀ ਯਾਰੀ ਵਿੱਚ ਇੰਨੇ ਨਾ ਫਸ ਜਿਓ ਕਿ ਬਸ ਤੁਹਾਨੂੰ ਰਾਤ ਨੂੰ ਸੁਪਨੇ 'ਚ ਵੀ ਉਹੀ ਦਿਸੇ ਤੇ ਦਿਨੇ ਉਹਨਾਂ ਦੀਆਂ ਗੱਲਾਂ ਤੁਹਾਨੂੰ ਮਿੱਠੀਆਂ ਮਿੱਠੀਆਂ ਉਲਝਾਈ ਰੱਖਣ, ਮੁੜ ਕੇ ਮਾਰੋ ਤੋਂ ਹੱਥੜੀ ਜਦੋਂ ਸਭ ਕੁਝ ਗਵਾ ਬੈਠੋਗੇ। ਜਾਗ ਜਾਓ ਟਾਈਮ ਸਿਰ, ਕਿਸੇ ਨੂੰ ਇੰਨੀ ਤਰਹੀਜ ਨਾ ਦਿਓ, ਇੰਨਾ ਕਿਸੇ ਨੂੰ ਅਧਿਕਾਰ ਨਾ ਦਿਓ ਕਿ ਉਹ ਰੱਬ ਤੇ ਤੁਹਾਡੇ ਰਾਹ ਦੇ ਵਿਚਾਲੇ ਆ ਜਾਵੇ। ਕੋਈ ਦੁਖੀ ਰੋ ਰਿਹਾ ਹੈ ਬੇਹੱਦ, ਉਹਦੇ ਹੰਝੂ ਪੂੰਝੋ, ਪਰ ਇਹ ਨਾ ਹੋਵੇ ਹੰਝੂ ਪੂੰਝਦੇ ਪੂੰਝਦੇ ਤੁਸੀਂ ਇੰਨੇ ਫਿਸਲ ਜਾਓ ਕਿ ਆਪਣੇ ਇਖਲਾਕ ਤੋਂ ਗਿਰ ਜਾਓ, ਬਚਨਾਂ ਤੋਂ ਗਿਰ ਜਾਓ। ਕਿਉਂਕਿ ਇਹ ਜਾਦੂ, ਜਾਦੂਗਰੀਆਂ ਹਨ, ਕਾਲ ਦੀਆਂ ਮਾਇਆ ਦੇ ਰੂਪ ਹਨ, ਔਰਤ ਲਈ ਮਰਦ ਔਰ ਮਰਦ ਲਈ ਔਰਤ। ਇਹ ਨਹੀਂ ਹੈ ਕਿ ਆਪ ਜੀ ਰਿਸ਼ਤਾ ਨਹੀਂ ਰੱਖਣਾ, ਰਿਸ਼ਤੇ ਰੱਖੋ ਕੋਈ ਨਹੀਂ ਰੋਕਦਾ, ਪਰ ਰਿਸ਼ਤਿਆਂ ਦੀ ਲਿਮਿਟ ਹੁੰਦੀ ਹੈ। ਜਦੋਂ ਤੁਸੀਂ ਉਹਨੂੰ ਕ੍ਰੋਸ ਕਰਦੇ ਹੋ, ਯਾਦ ਕਰੋ ਕਿ ਤੁਹਾਡਾ ਕੋਈ ਸਕਾ ਭਾਈ ਜਾਂ ਸਕੀ ਭੈਣ ਇੰਨਾ ਪਿਆਰ ਕੀਤਾ ਤੁਸੀਂ ਕਦੇ, ਤੇ ਫਿਰ ਨਵਿਆਂ ਨੂੰ ਬਣਾ ਬਣਾ ਕੇ ਕਿਉਂ ਲੁੱਟੀ ਜਾਂਦੇ ਹੋ, ਆਪਣਾ ਸਾਰਾ ਕੁਛ ਲੁਟਵਾ ਰਹੇ ਹੋ ਕਿਸ ਲਈ? ਤੁਹਾਡਾ ਮਨ ਹਰਾਮੀ ਹੋ ਗਿਆ ਹੈ, ਜੋ ਬੇਹੱਦ ਗੁਮਰਾਹ ਕਰ ਰਿਹਾ ਹੈ ਤੁਹਾਨੂੰ, ਗਿਰਾ ਰਿਹਾ ਹੈ ਤੁਹਾਨੂੰ ਰੱਬ ਦੇ ਰਾਹ ਤੋਂ, ਦੂਰ ਕਰ ਰਿਹਾ ਹੈ ਪਰਮਾਤਮਾ ਦੇ ਇਸ਼ਕ ਤੋਂ। ਬੜੀਆਂ ਮਿੱਠੀਆਂ ਲੱਗਦੀਆਂ ਗੱਲਾਂ, ਮੈਂ ਤਾਂ ਗੱਲਾਂ ਹੀ ਕਰਦਾ, ਮੈਂ ਕਿਹੜਾ ਕੁਝ ਕਰਦਾ? ਓਏ ਕਾਕਾ, ਗੱਲਾਂ ਤੋਂ ਹੀ ਕੰਮ ਹੁੰਦਾ ਸਾਰਾ ਸ਼ੁਰੂ।